ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸਮੂਹ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ, ਜਰਾ ਬੇਨਤੀ ਗੌਰ ਨਾਲ ਸੁਣ ਲਿਓ। ਬਾਰ ਬਾਰ ਕੁੱਤੇ ਭੌਂਕਦੇ ਹੁੰਦੇ ਆ, ਇਨਸਾਨ ਨਹੀਂ ਭੌਂਕਦੇ ਹੁੰਦੇ। ਸਰਕਾਰ ਨੇ ਇੱਕ ਹਦਾਇਤ ਦਿੱਤੀ ਹੈ, ਮੈਨੂੰ ਫੋਨ ਕਰ ਦਿੰਦੇ ਆ ਤੇ ਮੈਂ ਫੋਨ ਕਰ ਦਿੰਦਾ, ਮੈਂ ਲੋਹਮਿੰਟ ਕਰ ਦਿੰਦਾ। ਮੈਨੂੰ ਲੋਕ ਕਹਿੰਦੇ ਹੁੰਦਾ ਤਾਂ ਹੋ ਜੇ ਕਰੋਨਾ ਵਾਇਰਸ, ਪਰ ਤੁਹਾਨੂੰ ਇੰਨਾ ਦੱਸਦਾ ਮਿੱਤਰੋ, ਮੂੰਹ ਤੋਂ ਮੱਖੀ ਨਹੀਂ ਉੱਡ ਰਹੀ ਮੂੰਹ ਤੋਂ। ਕੱਲ 8-10 ਜਾਣਿਆਂ ਦੀ ਪਰੇਡ ਹੋਈ ਆ, ਡੰਡਾ ਪਰੇਡ ਆਪਣੇ ਪਿੰਡਿਆਂ ਦੀ, ਅੱਜ ਬਾਹਰ ਨਹੀਂ ਨਿਕਲੇ। ਜਿਹੜਾ ਚੈਨਾ ਦੇਸ ਆ, 3000 ਕਿਲੋਮੀਟਰ ਤੱਕ ਆਪਰੇਸ਼ਨ ਕਰ ਦਿੰਦਾ, 3000 ਕਿਲੋਮੀਟਰ ਤੱਕ। ਇੱਥੋਂ ਬਰਨਾਲੇ ਜਾਣਾ ਔਖਾ ਹੋ ਜਾਂਦਾ ਆਪਰੇਸ਼ਨ, ਆਪਣੇ ਪੰਜਾਬ ਚ ਡਾਕਟਰਾਂ ਤੋਂ ਲਵੇ ਬੈਠਿਆਂ ਤੋਂ ਨਹੀਂ ਹੁੰਦਾ। ਜਿਹੜਾ ਚੈਨਾ ਨੇ ਨਵਾਂ ਚੰਦ ਬਣਾਤਾ, ਨਵਾਂ ਚੰਦ ਇੱਕ ਹੋਰ ਚੰਦ ਚੜਦਾ ਉੱਥੇ, ਇੱਕ ਦਾ ਚੰਦ ਕੁਦਰਤੀ ਚੜਦਾ ਤੇ ਇੱਕ ਚੜਦਾ ਗਾ ਉੱਥੇ ਉਹਨਾਂ ਦਾ ਬਣਾਇਆ ਹੋਇਆ। ਇੰਨੀ ਤਕੜੀ ਸਾਇੰਸ ਆ, ਇਟਲੀ ਕੈਨੇਡਾ ਵਰਗੇ ਦੇਸ਼ਾਂ ਨੇ ਹੱਥ ਖੜੇ ਕਰਤੇ ਕਰੋਨਾ ਵਾਇਰਸ ਦੇ ਮੂਹਰੇ, ਪਰ ਆਪਣੇ ਵਰਗੇ ਲੋਕਾਂ ਨੇ ਮਜ਼ਾਕ ਬਣਾ ਛੱਡਿਆ। ਜੇਕਰ ਇਹ ਬਿਮਾਰੀ ਆਪਣੇ ਪਿੰਡ ਦੇ ਵਿੱਚ ਜਾਂ ਨੇੜੇ ਤੇੜੇ ਆਉਂਦੀ ਆ, ਆਪਣੇ ਪਿੰਡ ਨੂੰ ਵੀ ਪੰਗਾ ਖੜਾ ਹੋਊ ਤੇ ਸਾਰਿਆਂ ਨੂੰ ਪੰਗਾ ਖੜਾ ਹੋਊ। ਸੋ ਬੇਨਤੀ ਕਰਦੇ ਆ, ਜੇ ਇਹ ਬਿਮਾਰੀ ਪੰਜਾਬ ਦੇ ਵਿੱਚ ਆਉਂਦੀ ਆ ਤਾਂ ਆਪਣੇ ਮੂੰਹ ਤੋਂ ਮੱਖੀ ਨਹੀਂ ਉੱਡਣੀ ਮੂੰਹ ਤੋਂ। ਇਸ ਦਾ ਇੱਕੋ ਇੱਕ ਪਰਹੇਜ਼ ਹੈਗਾ ਵੀ ਘਰੇ ਬੈਠੋ, ਘਰ ਦੇ ਵਿੱਚ ਘਰ ਦਾ ਕੰਮ ਕਰ ਲਓ, ਵਾਹਿਗੁਰੂ ਦਾ ਜਾਪ ਜਪ ਲਓ। ਤੇ ਦੂਜੀ ਗੱਲ ਇਹ ਹੈਗੀ ਬਈ, ਹੁਣ ਪੁਲਿਸ ਤਾਂ ਆਉਂਦੀ ਨਹੀਂ ਹੈਗੀ, ਹੁਣ ਤਾਂ ਫੌਜ ਆਊਗੀ। ਫੌਜ ਮਿੱਤਰੋ, ਫੌਜ ਡੰਡਾ ਪਰੇਡ ਤੁਹਾਨੂੰ ਪਤਾ ਵੀ ਕਿਵੇਂ ਕਰਦੀ ਹੁੰਦੀ ਆ, ਅਸੀਂ ਤਾਂ ਜਦੋਂ ਧਰਨਿਆਂ ਤੇ ਜਾਂਦੇ ਆ ਖਾ ਕੇ ਦੇਖ ਲੈ। ਸੋ ਬੇਨਤੀ ਕਰਦੇ ਆ, ਕੋਰੋਨਾ ਵਾਇਰਸ ਤੋਂ ਬਚਣ ਦਾ ਇੱਕੋ ਇੱਕ ਹੱਲ ਆ, ਘਰੇ ਬੈਠਣਾ। ਪੁਲਿਸ ਨੇ ਬਥੇਰੇ ਟਰਨਾਮੈਂਟਾਂ ਕਰਕੇ ਦੇਖ ਲਿਆ, ਨਾਲੇ ਹੁਣ ਜਿਹੜਾ ਵੀਰ ਬਾਹਰੇ ਜਾਂਦਾ ਮੋਟਰਸਾਈਕਲ ਗੱਡੀ ਤੇ, ਉਹਦਾ ਚਲਾਣ ਦਾ ਕੱਟਣਾ ਹੀ ਕੱਟਣਾ ਗਾ, ਨਾਲੇ ਉਹਦੋਂ ਡੰਡ ਬੈਠਕਾਂ ਲਵਾਉਂਦੇ ਆ ਬਸ਼ੱਕ ਦੀ ਨੈਟ ਤੇ ਖੋਲ ਕੇ ਦੇਖ ਲਓ। ਸੋ ਬੇਨਤੀ ਕਰਦੇ ਆ ਦੁਕਾਨਦਾਰਾਂ ਨੂੰ ਵੀ, ਜੇਕਰ ਕਿਸੇ ਦੁਕਾਨਦਾਰ ਦੀ ਦੁਕਾਨ ਖੁੱਲੀ ਆ, ਉਹਦੇ ਮਾਸਕ ਪਾਇਆ ਹੋਣਾ ਜ਼ਰੂਰੀ ਆ, ਹੱਥਾਂ ਤੇ ਦਸਤਾਨੇ ਪਾਏ ਹੋਣੇ ਜ਼ਰੂਰੀ ਆ, ਬਿੰਦੇ ਬਿੰਦੇ ਉਸ ਨੂੰ ਹੱਥ ਧੋਣੇ ਚਾਹੀਦੇ ਆ। ਪਤਾ ਨਹੀਂ ਹੁੰਦਾ ਬਈ ਆਪਾਂ ਸਹੀ ਆ, ਕੀ ਪਤਾ ਅਗਲਾ ਕਿਹੋ ਜਿਹਾ ਮਰੀਜ਼ ਹੋਵੇ। ਸੋ ਬੇਨਤੀ ਕਰਦੇ ਆ ਬਈ, ਤੁਸੀਂ ਸਾਵਧਾਨੀ ਦੇ ਨਾਲ ਆਪਣਾ ਸੌਦਾ ਜ਼ਰੂਰ ਵੇਚੋ, ਪਰ ਮੈਨੂੰ ਨਹੀਂ ਲੱਗਦਾ ਹੈਗਾ ਵੀ ਕੱਲ ਤੋਂ ਇਨ੍ਹਾਂ ਲੋਕਾਂ ਨੇ ਦੁਕਾਨਾਂ ਖੁੱਲੀਆਂ ਛੱਡਣ ਦੇਣੀਆਂ ਨੇ। 147 ਸੋ 144 ਲਗਾਤੀ ਸਰਕਾਰ ਨੇ ਬਰਨਾਲੇ, ਅੱਜ ਬਹੁਤ ਡਾਂਗ ਫਿਰਦੀ ਦੇਖੀ ਆ। ਦਵਾਈ ਲੈਣ ਗਏ ਜੀ ਡਾਕਟਰ ਸਾਹਿਬ ਦੇ ਨਾਲ, ਜੋ ਜੇ ਕਿਸੇ ਵੀਰ ਨੇ ਦਵਾਈ ਲੈਣ ਜਾਣਾ ਵੀ ਆ ਤਾਂ ਆਪਣੀਆਂ ਰਿਪੋਰਟਾਂ ਲੈ ਕੇ ਜਾਇਓ, ਫਿਰ ਉਹ ਕੁਛ ਨਹੀਂ ਕਹਿੰਦੇ। ਨਹੀਂ ਤਾਂ ਹੁਣ ਮਿੱਤਰੋ ਫੌਜ ਆ ਗਈ, ਡੰਡਾ ਆਪਰੇਟ ਕਰਦੀ ਆ, ਡੰਡਾ ਕਾਲੇ ਗਿਆ ਹੀ ਆ। ਵੀਡੀਓ ਦੇਖ ਲਿਓ ਤੁਸੀਂ ਨੈਟ ਤੇ, ਹਰੇਕ ਘਰੇ ਪਈਆਂ ਹੋਈਆਂ ਨੇ ਯਾਰ, ਕਿਉਂ ਮਜ਼ਾਕ ਬਣਾ ਛੱਡਿਆ। 10 ਉੱਥੇ ਖੜੇ ਆ, 10 ਉੱਥੇ ਖੜੇ ਆ, ਫੇਰ ਚੰਗੇ ਰਹਾਂਗੇ ਡੰਡਾ ਫਿਰਾ ਕੇ। ਡੰਡਾ ਉਹਨਾਂ ਨੇ ਇਹੋ ਜਿਹਾ ਫੇਰਨਾ ਆਪਣੇ ਬਈ, ਯਾਦ ਰੱਖਾਂਗੇ, ਨਾ ਕਿਸੇ ਨੂੰ ਮੂੰਹ ਦਿਖਾਉਣ ਜੋਗੇ ਰਹਿਣਾ। ਦੁਬਾਰਾ ਫੇਰ ਬੇਨਤੀ ਕਰਦੇ ਆ, ਜੋ ਲਗਾਤਾਰ 5 ਮਹੀਨਿਆਂ ਤੋਂ ਕਰੋਨਾ ਦੀ ਬਿਮਾਰੀ ਫੈਲੀ ਹੋਈ ਆ, ਕਰੋਨਾ ਦੀ ਜਿਹੜਾ ਚੀਨ ਦੇਸ਼ ਆ, ਚੀਨ ਚੈਨਾ, ਉਹ ਦੇਸ਼ 3000 ਕਿਲੋਮੀਟਰ ਤੇ ਆਪਰੇਸ਼ਨ ਕਰ ਦਿੰਦਾ ਬੰਦਾ ਇਹਦਾ ਕੰਪਿਊਟਰ ਦੇ ਨਾਲ, ਪਰ ਆਪਣੇ ਡਾਕਟਰਾਂ ਤੋਂ ਲਵੇ ਨਹੀਂ ਹੁੰਦਾ। ਲਵੇ ਬੈਠਿਆਂ ਤੋਂ ਕਿਤੇ ਕਿਸੇ ਦੇ ਕੁਛ ਸੜ ਦਿੰਦੇ ਆ, ਕੈਂਚੀ ਸੜਦੀ ਕਿਸੇ ਦੇ, ਕਿਸੇ ਦੇ ਤੌਲੀਆ ਸੜਦਾ। ਉਹਨਾਂ ਦੀ ਟੈਕਨੋਲੋਜੀ ਇੰਨੀ ਤਕੜੀ ਆ ਬਈ, ਉਹਨਾਂ ਨੇ ਇੱਕ ਨਵਾਂ ਚੰਦ ਚਾੜਿਆ, ਨਵਾਂ ਚੰਦ ਜੋ ਰਾਤ ਨੂੰ ਚੜਦਾ ਹੁੰਦਾ, ਨਵਾਂ ਚੰਦ
ਉਹਨਾਂ ਨੇ ਕੈਨੇਡਾ ਅਮਰੀਕਾ ਵਰਗੇ ਦੇਸ਼ਾਂ ਦੇ ਹੱਥ ਖੜੇ ਹੋ ਗਏ ਹੱਥ ਇਸ ਬਿਮਾਰੀ ਦੇ ਅੱਗੇ। ਉਹਨਾਂ ਨੇ ਇੱਕੋ ਇੱਕ ਅਰਦਾਸ ਹੁਣ ਅਕਾਲ ਪੁਰਖ ਵਾਹਿਗੁਰੂ ਅੱਗੇ ਕਰਦੇ ਨੇ ਵੀ ਵਾਹਿਗੁਰੂ ਜੀ ਸਾਡਾ ਭਲਾ ਕਰੋ, ਸਾਤੋਂ ਜੋ ਪਾਪ ਹੋਇਆ ਸਾਡਾ ਭਲਾ ਕਰੋ। ਸੋ ਬੇਨਤੀ ਕਰਦੇ ਆ ਆਪੋ ਆਪਣੇ ਘਰਾਂ ਦੇ ਅੰਦਰ ਰਹੋ। 44 ਲੱਗਣ ਦੇ ਕਾਰਨ ਜੇਕਰ ਕੋਈ ਵੀ ਵਿਅਕਤੀ ਇਸ ਦੀ ਉਲੰਘਣਾ ਕਰਦਾ ਫੜਿਆ ਜਾਂਦਾ, ਫੌਜ ਦੇ ਡਿੱਕੇ ਚੜ੍ਹਦਾ। ਹੁਣ ਫੌਜ ਆ ਗਈ ਪੰਜਾਬ ਦੇ ਵਿੱਚ, ਆਪਣੇ ਲੋਕਾਂ ਨੇ ਬਥੇਰਾ ਤੰਗ ਕਰ ਲਿਆ ਉਹਨਾਂ ਨੂੰ, ਕੁਛ ਆਪਣੇ ਪਿੰਡ ਵੀ ਮੈਨੂੰ ਲੱਗਦਾ ਵੀ ਗੇੜਾ ਦੇਣਗੇ ਅੱਜ ਸਵੇਰੀ। ਜੇ ਮਿੱਤਰੋ ਚੱਕ ਲਏ ਨਾ ਫਿਰ ਉਹਨਾਂ ਨੇ ਡੰਡਾ ਪਰੇਡ ਇਹੋ ਜਿਹੀ ਕਰਨੀ ਆ ਵੀ ਯਾਦ ਰੱਖੋਗੇ। ਸੋ ਬੇਨਤੀ ਕਰਦਿਆਂ ਦੇਖੋ ਕੁੱਤੇ ਦਾ ਕੰਮ ਤਾਂ ਭੌਂਕਣਾ ਹੁੰਦਾ। ਮੈਨੂੰ ਬਥੇਰੇ ਬੰਦੇ ਕਹਿੰਦੇ ਆ ਵੀ ਕਰੋਨਾ ਕਰੋਨਾ ਕਰੋਨਾ, ਜਦੋਂ ਆਊਗੀ ਦੇਖਾਂਗੇ। ਜਦੋਂ ਆ ਗਈ ਕਹਿੰਦਾ ਤੁਹਾਡੇ ਮੂੰਹ ਤੋਂ ਮੱਖੀ ਨਹੀਂ ਉੱਡਣੀ, ਮੂੰਹ ਤੋਂ ਮੱਖੀ। ਹੁਣ ਤਾਂ ਤੁਸੀਂ ਕਹਿੰਦੇ ਹੋ ਕਰੋਨਾ ਕਰੋਨਾ ਕੀ ਕਰ ਲੂ ਕਰੋਨਾ, ਜਦੋਂ ਕਰੋਨਾ ਆ ਗਈ ਕਹਿੰਦਾ ਤੁਹਾਡੇ ਮੂੰਹ ਤੋਂ ਮੱਖੀ ਨਹੀਂ ਉੱਡਣੀ। ਜੇਕਰ ਇਹ ਇੱਕ ਪਿੰਡ ਦੇ ਵਿੱਚ ਆਉਂਦੇ ਲਵੇ ਲਾਉਣੇ ਦੇ, ਸਰੇ ਤੋਂ ਲੈ ਕੇ 10 ਪਿੰਡਾਂ ਤੱਕ ਉਹਨਾਂ ਪਿੰਡਾਂ ਨੂੰ ਸੀਲ ਕਰਿਆ ਜਾਂਦਾ, ਹਰੇਕ ਪਰਿਵਾਰ ਦੇ ਮੈਂਬਰ ਨੂੰ ਚੈੱਕ ਕਰਿਆ ਜਾਂਦਾ। ਤੁਸੀਂ ਤਾਂ ਮਜ਼ਾਕ ਬਣਾ ਛੱਡਿਆ ਇਸ ਗੱਲ ਦਾ, 10 ਉੱਥੇ ਖੜ ਗਏ 10 ਉੱਥੇ ਖੜ ਗਏ। ਮੈਂ ਆਪਦੇ ਕੋਲੋਂ ਅਲੋਸਮੈਂਟ ਨਹੀਂ ਕਰਦਾ ਹੈਗਾ, ਮੈਨੂੰ ਪ੍ਰਸ਼ਾਸਨ ਕਹਿੰਦਾ ਤਾਂ ਅਲੋਸਮੈਂਟ ਕਰਦਾਗਾ। ਜੇ ਕਿਸੇ ਨੇ ਗੱਲਬਾਤ ਕਰਨੀ ਆ ਮੇਰੇ ਨਾਲ ਕਰ ਲੈ, ਮੈਂ ਪ੍ਰਸ਼ਾਸਨ ਨਾਲ ਕਰਵਾ ਦੂੰਗਾ। ਸੋ ਬੇਨਤੀ ਇੱਕ, ਜਿਹੜੇ ਵੀਰ ਭਾਈ ਆਨੰਦਪੁਰ ਸਾਹਿਬ ਹੋਲੇ ਮਹੱਲੇ ਤੇ ਜਾਂ ਹੋਰ ਕਿਸੇ ਇਕੱਠਾਂ ਦੇ ਵਿੱਚ ਜਾ ਕੇ ਆਏ ਨੇ, ਉਹ ਆਪਣਾ ਇਹ ਟੈਸਟ ਜ਼ਰੂਰ ਕਰਵਾਉਣ ਸਰਕਾਰੀ ਹਸਪਤਾਲ ਦੇ ਵਿੱਚ ਜਾ ਕੇ। ਇਹ ਟੈਸਟ ਬਿਲਕੁਲ ਫ੍ਰੀ ਹੋਊਗਾ। ਇਹ ਮਿੱਤਰੋ ਪਤਾ ਨਹੀਂ ਹੁੰਦਾ ਹੈਗਾ ਅਜਿਹੀਆਂ ਬਿਮਾਰੀਆਂ ਦਾ ਕਦੋਂ ਉੱਠ ਖੜਦੀਆਂ ਨੇਗੀਆਂ, ਟੈਸਟ ਬਿਲਕੁਲ ਫ੍ਰੀ ਹੋਊਗਾ। ਦੁਬਾਰਾ ਫੇਰ ਬੇਨਤੀ ਕਰਦੇ ਆ ਆਪਣੇ ਪਿੰਡੋਂ ਜੇਕਰ ਜਾਂ ਰਿਸ਼ਤੇਦਾਰੀ ਚੋਂ ਕੋਈ ਵੀ, ਆਪਣੀ ਰਿਸ਼ਤੇਦਾਰੀ ਚੋਂ ਜਾਂ ਆਪਣੇ ਪਿੰਡੋਂ ਕੋਈ ਵੀ ਆਨੰਦਪੁਰ ਸਾਹਿਬ ਜਾਂ ਕਿਸੇ ਬਾਬੇ ਬੂਗਣੇ ਦੇ ਗਿਆ ਗਾ ਤਾਂ ਉਹ ਆਪਣੇ ਟੈਸਟ ਜ਼ਰੂਰ ਕਰਾਵੇ। ਸੋ ਬੇਨਤੀ ਕਰਦੇ ਆ, ਮੰਨਣਾ ਉਹਨੇ ਆ ਨਾ ਮੰਨਣਾ ਉਹਨੇ ਆ। 15 ਦਿਨ ਜਿਹੜੇ ਵੀਰ ਬਾਹਰੋਂ ਆਏ ਨੇ ਗੇ ਉਹਨਾਂ ਨੂੰ ਵੀ ਖਾਸ ਕਰਕੇ ਹੱਥ ਜੋੜ ਕੇ ਬੇਨਤੀ ਆ, ਕੋਈ ਐ ਨਾ ਕਹਿ ਦੇ ਵੀ ਸੀਰਾ ਐਵੀ ਕਹੀ ਜਾਂਦਾ ਖਣੀ ਸਾਨੂੰ ਦੇਖ ਲਿਆ ਉਹਨੇ ਫਿਰਦੇ ਨੇ ਸਾਡੇ ਤੇ ਦਵਾ ਲਾਈ ਜਾਂਦਾ ਗਾ। ਮੈਂ ਉਹਦੇ ਦਵਾ ਨੀ ਲਾਉਂਦਾ ਹੈਗਾ। ਪ੍ਰਸ਼ਾਸਨ ਵੱਲੋਂ ਬੇਨਤੀ ਆ ਇਹ ਬਈ ਉਹ ਵੀਰ ਘੱਟੋ ਘੱਟ 15 ਦਿਨ ਤਾਂ ਆਪੋ ਆਪਣੇ ਘਰੇ ਰਹਿਣ ਜਿਹੜੇ ਵੀਰ ਬਾਹਰੋਂ ਆਏ ਨੇ। ਕੁਛ ਵੀਰਾਂ ਨੂੰ ਤਾਂ ਅੱਜ ਮੈਂ ਸਵੇਰੇ ਕਰਕੇ ਫੋਨ ਪੁੱਛਿਆ ਸੀਗਾ ਬਾਈ ਤੁਹਾਨੂੰ ਕੋਈ ਇਤਰਾਜ਼ ਤਾਂ ਨੀ, ਮੈਂ ਅਲੋਸਮੈਂਟ ਤੁਹਾਡਾ ਨਾਂ ਲੈ ਕੇ ਕਰੀ ਸੀ ਜਾਂ ਐਂ ਬੋਲਿਆ ਸੀ, ਕਹਿੰਦੇ ਵੀਰੇ ਕੋਈ ਇਤਰਾਜ਼ ਨੀ ਹੈਗਾ। ਸੋ ਬੇਨਤੀ ਕਰਦੇ ਹਾਂ ਜਿਹੜਾ ਕਰੋਨਾ ਵਾਇਰਸ ਆ ਇਹਦਾ ਇੱਕੋ ਇੱਕ ਹੱਲ ਹੈਗਾ ਬਈ ਆਪਾਂ ਆਪੋ ਆਪਣੇ ਘਰਾਂ ਦੇ ਵਿੱਚ ਰਹੀਏ, ਵੱਧ ਤੋਂ ਵੱਧ ਪਰਹੇਜ਼ ਰੱਖੀਏ, ਬਾਹਰੀ ਚੀਜ਼ਾਂ ਨਾ ਖਾਈਏ। ਜੇਕਰ ਖੰਘ ਜ਼ੁਕਾਮ ਜਾਂ ਬੁਖਾਰ ਚੜ੍ਹਦਾ ਉਸਦਾ ਇਲਾਜ ਕਰਵਾਈਏ ਡਾਕਟਰ ਤੋਂ। ਸੋ ਬੇਨਤੀ ਕਰਦੇ ਆ ਮਿੱਤਰੋ ਘਰੇ ਬਹਿ ਜਾਓ, ਨਹੀਂ ਤਾਂ ਜੇ ਕਿਤੇ ਬਿਮਾਰੀ ਆ ਗਈ ਕਿ ਨਾ ਇਹ ਆਪਣੇ ਮੂੰਹ ਤੋਂ ਮੱਖੀ ਨੀ ਉੱਡਣੀ, ਤੁਹਾਡੇ ਨੀ ਮੇਰੇ ਵੀ ਨੀ ਉੱਡਣੀ, ਐ ਨਾ ਕਹਿ ਦੋ ਵੀ ਇਹਦਾ ਬੋਲੀ ਜਾਂਦਾ। ਆਨੰਦਪੁਰ ਸਾਹਿਬ ਤਾਂ ਕਹਿੰਦੇ ਜਿਹੜੇ ਬੰਦਾ ਬਲਦੇਵ ਸਿੰਘ ਦੀ ਡੈਥ ਹੋਈ ਆ ਆਨੰਦਪੁਰ ਸਾਹਿਬ ਦੇ ਵਿੱਚ ਬਲਦੇਵ ਸਿੰਘ ਤਾਂ ਬੋਲੇ ਆ ਗਿਆ ਇਹ ਆਨੰਦਪੁਰ ਸਾਹਿਬ ਜਿਹੜੇ ਗਏ ਸੀਗੇ ਉੱਥੇ ਤਕਰੀਬਨ 15 ਬੰਦੇ ਕੋਰੋਨਾ ਵਾਇਰਸ ਦੇ ਸੱਕੀ ਪਾਏ ਗਏ ਸੀਗੇ, ਜੋ ਸੱਕੀ ਨਹੀਂ ਪਾਏ ਗਏ ਜਿਨ੍ਹਾਂ ਨੂੰ ਸਹੀ ਆਇਆ। ਇੱਕ ਬਠਿੰਡੇ ਏਰੀਏ ਦੇ ਪੁਲਿਸ ਮੁਲਾਜ਼ਮ ਨੂੰ ਵੀ ਆਇਆ ਗਾ ਉਹ ਕੋਰੋਨਾ ਵਾਇਰਸ। ਜੇਕਰ ਕਿਸੇ ਦਾ ਕੋਈ ਵੀਰ ਭਾਈ ਗਿਆ ਗਾ ਕਿਸੇ ਵੀ ਇਕੱਠ ਤੇ ਤਾਂ ਉਹ ਆਪੋ ਆਪਣੇ ਸਰਕਾਰੀ ਹਸਪਤਾਲ ਦੇ ਵਿੱਚ ਪਹੁੰਚ ਕੇ ਇਹ ਟੈਸਟ ਕਰਵਾ ਸਕਦਾ। ਇਸਦਾ ਇੱਕੋ ਇੱਕ ਹੱਲ ਆ ਮਿੱਤਰੋ, ਘਰੇ ਬਹਿ ਜਾਓ, ਘਰੇ ਵਾਹਿਗੁਰੂ ਦਾ ਜਾਪ ਕਰੋ, ਅਰਦਾਸ ਕਰੋ, ਸੱਚਿਆ ਪਾਤਸ਼ਾਹ ਸੁਖ ਸ਼ਾਂਤੀ ਬਖਸ਼ੀ, ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਨਾਲੇ ਭਾਈ ਦੁਕਾਨਦਾਰਾਂ ਨੂੰ ਬੇਨਤੀ ਆ ਵੀ ਮਿੱਤਰੋ
ਦੁਕਾਨ ਜਰੂਰ ਖੋਲ ਲੋ, ਹੋ ਸਕਦਾ ਕੱਲ ਤੋਂ ਇਹ ਵੀ ਬੰਦ ਹੋ ਜਾਣਾ। ਦੁਕਾਨ ਤੇ ਗੱਲਾਂ ਬੰਦਾ ਹੀ ਹੋਵੇ, ਆਪਣੇ ਮੂੰਹ ਢੱਕ ਕੇ ਰੱਖਣੇ ਆ ਮਾਸਕ ਦੇ ਨਾਲ, ਹੱਥਾਂ ਦੇ ਦਸਤਾਨੇ ਪਾ ਕੇ ਰੱਖਣੇ ਆ। ਜੇ ਕਿਸੇ ਨੇ ਫੋਟੋ ਖਿੱਚ ਕੇ ਮੈਨੂੰ ਪਿੰਡ ਚੋਂ ਕਹਿ ਦਿੰਦਿਆ ਤੂੰ ਪਾ ਦੇ, ਜੇ ਮੈਨੂੰ ਵੀ ਪਾਤੀ ਮੈਂ ਤਾਂ ਪਾਊ, ਮੈਂ ਤਾਂ ਪ੍ਰਸ਼ਾਸਨ ਨੂੰ ਫੋਟੋ ਪਾਊ, ਕਿਉਂ ਮੇਰਾ ਹੱਕ ਬਣਦਾ। ਮੈਂ ਇਸ ਆਪਣੇ ਪਿੰਡ ਨੂੰ, ਇਸ ਦੇਸ਼ ਨੂੰ, ਇਸ ਪੰਜਾਬ ਨੂੰ ਖੁਸ਼ੀ ਵਾਸਦਾ ਦੇਖਣਾ ਚਾਹੁੰਦਾ। ਆਪੋ ਆਪਣੇ ਹੱਥ ਢੱਕ ਕੇ ਰੱਖੋ, ਮੂੰਹ ਢੱਕ ਕੇ ਰੱਖੋ, ਜਸਤਾਨੇ ਪਾ ਕੇ ਰੱਖੋ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।